ਚੰਗੀ ਤਰ੍ਹਾਂ ਉਹਨਾਂ ਦੇ ਗੀਤ ਬਹੁਤ ਬਹੁਤ ਵਾਰ ਅਸੀਂ ਸੁਣ ਰਹੇ ਹਾਂ ਜੀ, ਉਹਨਾਂ ਦੀ ਇੰਟਰਵਿਊ ਸੁਣ ਰਹੀ ਹਾਂ, ਹੀ ਵਾਜ਼ ਸਮਥਿੰਗ। ਗੀਤਾਂ 'ਚ ਬਹੁਤ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਹਲਕੇ ਜਿਹੇ ਤੌਰ 'ਤੇ ਕਹਿ ਦਿੱਤੀਆਂ, ਜੋ ਉਹਨਾਂ ਨੇ ਕਰਤਾ 4-5 ਸਾਲਾਂ 'ਚ ਨਾ ਕਿਸੇ ਨੇ ਕੀਤਾ ਅਤੇ ਨਾ ਕੋਈ ਕਰਤਾ। ਉਹਨਾਂ ਨੇ ਪਰਵਾਹ ਨਹੀਂ ਕਦੀ ਕਿਸੇ ਦੀ ਕੀਤੀ ਕਿ ਮੈਂ ਕੀ ਕਹਿ ਰਿਹਾ, ਪਰ ਗੱਲਾਂ ਸੱਚੀਆਂ, ਮੋਸਟਲੀ ਗੱਲਾਂ ਸੱਚੀਆਂ, ਬਹੁਤਾਂ ਦੇ ਦਿਲਾਂ ਨੂੰ ਲੱਗੀਆਂ ਹੋਣੀਆਂ, ਬਹੁਤਾਂ ਨੂੰ ਵਧੀਆ ਵਧੀਆ ਲੱਗਦੀਆਂ, ਉਹਨਾਂ ਦੇ ਫੈਨਸ ਨੂੰ ਇੰਨਾ ਪਿਆਰ ਕੀਤਾ। ਬੀਂਗ ਅ ਟਰਬਨ ਗਾਏ ਸਰਦਾਰ ਹੋ ਕੇ, ਸੋਹਣੀ ਪੱਗ ਬੰਨ ਕੇ, ਗੋਰੇ ਉਹਨਾਂ ਨੂੰ ਫੋਲੋ ਕਰ ਰਹੇ ਹੈ, ਇਟ ਵਾਜ਼ ਸਮਥਿੰਗ। ਤੁਸੀਂ ਵੀ ਭਾਵਕ ਹੋ ਗਏ ਹੋ, ਸੌਰੀ, ਕਿਉਂਕਿ ਜੋ ਉਹਨਾਂ ਨੇ ਉਹਨਾਂ ਦੀ ਮੈਂ ਹੁਣ ਜਦੋਂ ਦੀ ਟ੍ਰੈਜਡੀ ਹੋਈ ਹੈ, ਬਹੁਤ ਸਾਰੀ ਵੀਡੀਓਜ਼ ਦੇਖੀਆਂ, ਚੰਗੀ ਤਰ੍ਹਾਂ ਉਹਨਾਂ ਦੇ ਗੀਤ ਬਹੁਤ ਬਹੁਤ ਵਾਰ ਅਸੀਂ ਸੁਣ ਰਹੇ ਹਾਂ, ਉਹਨਾਂ ਦੀ ਇੰਟਰਵਿਊ ਸੁਣ ਰਹੀ ਹਾਂ, ਹੀ ਵਾਜ਼ ਸਮਥਿੰਗ। ਮਤਲਬ ਜੋ ਬੋਲਦੇ ਸੀ, ਪਰਵਾਹ ਨਹੀਂ ਕਿਸੇ ਦੀ ਕਰਨੀ, ਪਤਾ ਸਹੀ, ਮੈਂ ਸਵੇਰੇ ਵੀ ਕੁਛ ਸੁਣ ਰਹੀ ਸੀ ਕੁਛ ਲਾਈਨਾਂ, ਐਂਡ ਐਵੇਂ ਲੱਗ ਰਿਹਾ ਸੀ ਵੀ ਜੋ ਅਸੀਂ ਫੀਲ, ਮਤਲਬ ਐਜ਼ ਐਨ ਮੈਂ ਪਰਸਨਲੀ, ਮੈਂ ਆਪਣੀ ਗੱਲ ਕਰ ਰਹੀ ਹਾਂ, ਕਈ ਵਾਰ ਐਸੀ ਗੱਲਾਂ ਹੁੰਦੀਆਂ ਜੋ ਆਪਾਂ ਖੁੱਲ੍ਹ ਕੇ ਕਹਿ ਨਹੀਂ ਪਾਉਂਦੇ, ਐਕਸਪ੍ਰੈਸ ਨਹੀਂ ਕਰ ਪਾਉਂਦੇ, ਉਹ ਖੁੱਲ੍ਹ ਕੇ ਆਪਣੇ ਗੀਤਾਂ 'ਚ ਉਹ ਗੱਲਾਂ ਕਹਿ ਜਾਂਦੇ ਸੀ। ਪਰਟੀਕੁਲਰਲੀ ਮੈਂ ਕੁਛ ਕਹਿਣਾ ਨਹੀਂ ਚਾਹਾਂਗੀ, ਪਰ ਕੋਈ ਅੱਗੇ ਆਉਣਾ ਚਾਹੁੰਦਾ ਹੈ, ਕੋਈ ਨਾ, ਮਤਲਬ ਗੀਤਾਂ 'ਚ ਬਹੁਤ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਹਲਕੇ ਜਿਹੇ ਤੌਰ 'ਤੇ ਕਹਿ ਦਿੱਤੀਆਂ। ਮਤਲਬ ਉਹੀ ਮੈਂ ਜੋ ਗੱਲ ਕਹਿ ਰਹੀ ਹਾਂ ਕਿ ਜੋ ਉਹਨਾਂ ਨੇ ਕਰਤਾ 4-5 ਸਾਲਾਂ 'ਚ ਨਾ ਕਿਸੇ ਨੇ ਕੀਤਾ ਅਤੇ ਨਾ ਕੋਈ ਕਰ ਪਾਉ। ਬਿਲਕੁਲ, ਦੇਖੋ ਪੰਜਾਬ ਵਿੱਚ ਤਾਂ ਚਲੋ ਉਹਨਾਂ ਨੂੰ ਲੋਕ ਪਿਆਰ ਕਰਦੇ ਸੀ, ਬਾਹਰਲੇ ਮੁਲਕਾਂ 'ਚ ਦੇਖ ਲਓ ਡਰੇਕ ਵਰਮਾ ਵਰਗੇ ਜਿਹੜੇ ਸੁਪਰ ਸਟਾਰ ਆ, ਉਹ ਵੀ ਮਤਲਬ ਸ਼ਰਧਾਂਜਲੀ ਉਹਨਾਂ ਨੂੰ ਦੇ ਰਹੇ ਆ, ਉਹਨਾਂ ਦੀ ਕਾਬਲੀਅਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਜਿਵੇਂ ਕਿ ਉਹੀ ਗੱਲ ਮੈਂ ਫੇਰ ਕਵਾਂਗੀ ਕਿ ਸਿੰਗਿੰਗ ਦੇ ਨਾਲ ਨਾਲ, ਸਿੰਗਿੰਗ ਨੂੰ ਉਹਨਾਂ ਦੇ ਰੈਪਰ ਉਹਨਾਂ ਨੂੰ ਕਹਿੰਦੇ ਸੀ, ਉਹ ਆਪਣੀ ਇੰਟਰਵਿਊ 'ਚ ਕਹਿੰਦੇ ਸੀ ਕਿ ਮੈਂ ਕਾਲਿਆਂ ਨੂੰ ਸੁਣਦਾ, ਜਿਵੇਂ ਉਹ ਬੇਬਾਕ ਹੋ ਕੇ ਬੋਲਦੇ ਆ ਉਵੇਂ ਮੈਂ ਬੋਲਦਾ। ਸੋ ਉਹਨਾਂ ਨੇ ਪਰਵਾਹ ਨਹੀਂ ਕਦੀ ਕਿਸੇ ਦੀ ਕੀਤੀ ਕਿ ਮੈਂ ਕੀ ਕਹਿ ਰਿਹਾ, ਪਰ ਗੱਲਾਂ ਸੱਚੀਆਂ, ਮੋਸਟਲੀ ਗੱਲਾਂ ਸੱਚੀਆਂ, ਬਹੁਤਾਂ ਦੇ ਦਿਲਾਂ ਨੂੰ ਲੱਗੀਆਂ ਹੋਣੀਆਂ, ਬਹੁਤਾਂ ਨੂੰ ਵਧੀਆ ਵਧੀਆ ਲੱਗਦੀਆਂ, ਉਹਨਾਂ ਦੇ ਫੈਨਸ ਨੂੰ ਇੰਨਾ ਪਿਆਰ ਕੀਤਾ। ਸੋ ਉਹੀ ਗੱਲ ਕਿ ਬਹੁਤ ਸੋਹਣੀ ਉਹਨਾਂ ਦੀ ਲਿਖਣੀ ਹੈ, ਬਹੁਤ ਐਕਸਪ੍ਰੈਸਿਵ ਉਹਨਾਂ ਦੀ ਲਿਖਣੀ ਸੀ, ਸੋਰੀ, ਬਟ ਵੀ ਵਿਲ ਮਿਸ ਹਿਮ, ਵੀ ਵਿਲ ਮਿਸ ਹਿਮ ਅਲੋਟ। ਐਂਡ ਇਹ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ, ਕਿਉਂਕਿ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਨੇ ਵਰਲਡ ਲੈਵਲ 'ਤੇ ਆਪਣਾ ਨਾਮ ਬਣਾਇਆ, ਪਰ ਬੀਂਗ ਅ ਟਰਬਨ ਗਾਏ ਸਰਦਾਰ ਹੋ ਕੇ, ਸੋਹਣੀ ਪੱਗ ਬੰਨ ਕੇ, ਗੋਰੇ ਉਹਨਾਂ ਨੂੰ ਫੋਲੋ ਕਰ ਰਹੇ ਹੈ, ਇਟ ਵਾਜ਼ ਸਮਥਿੰਗ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਅਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।